हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਬੀਟੀ ਚੈਨਲ ਸੋ ਅੱਜ ਦੀ ਵੀਡੀਓ ਹੋਣ ਜਾ ਰਹੀ ਆ ਵਲਨ ਸਟ੍ਰੈਟਜੀ ਦੇ ਰਿਗਾਰਡਿੰਗ ਬਹੁਤ ਸਾਰੇ ਸਟੂਡੈਂਟਸ ਦੇ ਮੈਸੇਜ ਆਉਂਦੇ ਪਏ ਸੀ ਕਾਫੀ ਦਿਨਾਂ ਤੋਂ ਵੀ ਵਲਨ ਸਟ੍ਰੈਟਜੀ ਦੇ ਰਿਗਾਰਡਿੰਗ ਗੱਲ ਕਰੋ ਕਿ ਵਲਨ ਸਟ੍ਰੈਟਜੀ ਸਾਨੂੰ ਐਗਜ਼ਾਮ ਚ ਫਾਲੋ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਜੇਕਰ ਅਸੀਂ ਵਲਨ ਸਟ੍ਰੈਟਜੀ ਫਾਲੋ ਕਰਦੇ ਪਏ ਆ ਸਾਡੇ ਪਲੱਸ ਪੁਆਇੰਟ ਕੀ ਹੋ ਸਕਦੇ ਆ ਸਾਡੇ 네ਗੇਟਿਵ ਪੁਆਇੰਟਸ ਕੀ ਹੋ ਸਕਦੇ ਆ ਸੋ ਵਲਨ ਸਟ੍ਰੈਟਜੀ ਜਿਹੜੇ ਜਿਹੜੇ ਬੱਚੇ ਫਾਲੋ ਕਰਦੇ ਪਏ ਆ ਤੇ ਜਿਹੜੇ ਬੱਚੇ ਸੋਚਦੇ ਪਏ ਆ ਵੀ ਸਾਡੇ ਐਗਜ਼ਾਮ ਚ ਸਕੋਰ ਆ ਸਕਦੇ ਆ ਕਿ ਨਹੀਂ ਆ ਸਕਦੇ ਸੋ ਆ ਵੀਡੀਓ ਤੁਹਾਡੇ ਉਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਊਗੀ ਪ੍ਰੋਪਰਲੀ ਗੱਲ ਕਰੂੰਗਾ ਇਸ ਚੀਜ਼ ਦੇ ਵਿੱਚ ਹੁਣ ਮੇਰੇ ਕੋਲ ਬਹੁਤ ਸਾਰੇ ਬੱਚੇ ਇਦਾਂ ਦੇ ਕਲਾਸਿਸ ਲੈ ਰਹੇ ਆ ਜੋ ਬਹੁਤ ਸਾਰੇ ਬੱਚੇ ਇਦਾਂ ਦੇ ਕਾਲਸ ਲਾਉਂਦੇ ਆ ਜਿਨ੍ਹਾਂ ਨੇ ਆਲਰੇਡੀ ਵਲਨ ਸਟ੍ਰੈਟਜੀ ਫਾਲੋ ਕੀਤੀ ਹੋਈ ਆ ਕਿੰਨੇ ਕੋ ਬੱਚਾ ਨੂੰ ਪਲਸ ਪੈਂਡ ਹੋਇਆ ਤੇ ਕਿੰਨੇ ਕੋ ਬੱਚਾ ਨੂੰ ਨੈਗੇਟਿਵ ਚੀਜ਼ਾਂ ਦੇਖਣ ਨੂੰ ਮਿਲੀਆਂ ਆ ਵੀਡੀਓ ਜਿਹੜੀ ਮੈਂ ਬਣਾਉਣ ਲੱਗਾ ਮੈਂ ਵੀਡੀਓ ਇਹ ਚੀਜ਼ ਤੇ ਪੂਰੀ ਰਿਸਰਚ ਕਰਕੇ ਇਹ ਚੀਜ਼ ਬਾਰੇ ਪੂਰੀ ਇਨਫੋਰਮੇਸ਼ਨ ਲੈ ਕੇ ਵੀਡੀਓ ਮੈਂ ਬਣਾਉਣ ਲੱਗਾ ਮੈਂ ਤੇ ਜਿਹੜੇ ਵੀ ਬੱਚੇ ਵੋਲਨਸ ਸਟ੍ਰੈਟੀਜੀ ਫਾਲੋ ਕਰ ਰਹੇ ਆ ਇਹ ਆ ফলো ਕਰਨਾ ਚਾਹੁੰਦੇ ਆ ਜਾਂ ਥੋੜਾ ਬਹੁਤ ਉਹ ਵਾਲੇ ਸਟ੍ਰੈਟਜੀ ਨੂੰ ਲੈ ਕੇ ਪਜ਼ਲ ਹੈ ਕਨਫਿਊਜ਼ਰ ਤੁਹਾਡੀ ਕੱਲਾ ਕੱਲਾ ਡਾਊਟ ਕੱਲੀ ਕੱਲੀ ਕਨਫਿਊਜ਼ਨ ਇਹ ਵੀਡੀਓ ਵਿੱਚ ਕਲੀਅਰ ਹੋ ਜਾਣੀ ਆ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ 올 ਡਾਊਟਸ 올 ਕਨਫਿਊਜ਼ਨ ਵਾਲੇ ਸਟ੍ਰੈਟਜੀ ਨੂੰ ਲੈ ਕੇ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਦੇ ਆ ਉਸ ਤੋਂ ਪਹਿਲਾਂ ਜਿੰਨੇ ਸਟੂਡੈਂਟਸ ਲਾਈਵ ਦੇਖਦੇ ਪਏ ਹੋ ਜਲਦੀ ਜਲਦੀ ਲਾਈਕ ਦਾ ਬਟਨ ਪ੍ਰੈਸ ਕਰ ਦਿਓ ਤੇ 100 ਤੋਂ ਪਲੱਸ ਲਾਈਕ ਦਾ ਟਾਰਗੇਟ ਕੰਪਲੀਟ ਕਰ ਦਿਓ ਤੇ ਜਿੰਨਾ ਜਿੰਨਾ ਸਟੂਡੈਂਟਸ ਨੇ ਹੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਗੁਰਵਿੰਦਰ ਪੀਟੀ ਦੇ ਚੈਨਲ ਨੂੰ ਸਬਸਕ੍ਰ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਜਾਂ ਕਾਲ ਕਰਕੇ ਆਨਲਾਈਨ ਕਲਾਸਿਸ ਰਿਗਾਰਡਿੰਗ ਵੀ ਗੱਲਬਾਤ ਕਰ ਸਕਦੇ ਹੋ ਨੰਬਰ ਹੈਗਾ ਵਾ 6284307622 ਹੁਣ ਵੱਧਦੇ ਆ ਟਾਪਿਕ ਅ ਸਭ ਤੋਂ ਪਹਿਲਾਂ ਨੰਬਰ ਤੇ ਵਨ ਲਾਈਨ ਸਟਰੈਟਜੀ ਕੀ ਆ ਤੇ ਵਨ ਲਾਈਨ ਸਟਰੈਟਜੀ ਨੂੰ ਅਸੀਂ ਕਿਵੇਂ ਯੂਜ਼ ਕਰਨਾ ਜਾਂ ਕਿਵੇਂ ਅਸੀਂ ਉਸ ਤੋਂ ਬਾਹਰ ਨਿਕਲਣਾ ਸਭ ਤੋਂ ਪਹਿਲਾਂ ਵਨ ਲਾਈਨ ਸਟਰੈਟਜੀ ਦੇ ਵਿੱਚ ਕੀ ਹੁੰਦਾ ਵਾ ਆਪਾਂ ਇੱਕ ਲਾਈਨ ਰੀਡ ਲੋਡ ਦੇ ਵਿੱਚੋਂ ਬੋਲਣੀ ਆ ਕਈ ਵਾਰੀ ਬੱਚੇ ਕਹਦੇ ਨੇ ਸਰ ਸਾਨੂੰ ਰੀਡ ਲੋਡ ਪਰਫਾਰਮ ਕਰਨਾ ਨਹੀਂ ਆਉਂਦਾ ਪੂਰੇ ਰੀਡ ਲੋਡ ਨੂੰ ਬੋਲਦੇ ਆ ਸਾਨੂੰ ਵਰਡਸ ਗਲਤ ਪ੍ਰੋਨਾਂਸ ਹੋ ਜਾਂਦੇ ਆ ਸਾਡੇ ਫਲੂਐਂਸੀ ਦੇ ਵਿੱਚੋਂ ਮਿਸਟੇਕ ਹੋ ਜਾਂਦੀ ਸਾਡੇ ਮਾਰਕਸ ਨਹੀਂ ਆਉਂਦੇ ਵਨ ਲਾਈਨ ਸਟ੍ਰੈਟੀਜੀ ਨਾਲ ਅਸੀਂ ਮਾਰਕਸ ਬਹੁਤ ਵਧੀਆ ਲੈ ਕੇ ਆ ਸਕਦੇ ਆ ਸਾਨੂੰ ਸਾਡੇ ਟੀਚਰ ਇਦਾਂ ਕਹਿੰਦੇ ਆ ਦੇਖੋ ਵਨ ਲਾਈਨ ਸਟ੍ਰੈਟੀਜੀ ਦੇ ਵਿੱਚ ਇੱਕ ਚੀਜ਼ ਹੁੰਦੀ ਆ ਆਪਾਂ 8 ਤੋਂ ਲੈ ਕੇ 15 ਤੱਕ ਵਰਡਸ ਬੋਲਣੀਆਂ ਚਾਹੇ ਉਹ ਸਟਾਰਟਿੰਗ ਤੋਂ ਹੋ ਸਕਦੇ ਆ ਲਾਈਨ ਚਾਹੇ ਲਾਸਟ ਤੋਂ ਹੋ ਸਕਦੀ ਆ ਚਾਹੇ ਰੀਡ ਲੋਡ ਦੇ ਵਿੱਚੋਂ ਸੈਂਟਰ ਚੋਂ ਕਿਤੋਂ ਵੀ ਲਾਈਨ ਹੋ ਸਕਦੀ ਆ ਆਪਾਂ ਕਿਤੋਂ ਵੀ ਪਿਕ ਕਰ ਸਕਦੇ ਆ ਬਸ 8 8 ਤੋਂ ਲੈ ਕੇ 15 ਤੱਕ ਵਰਡਸ ਆਪਾਂ ਵਨ ਲਾਈਨ ਸਟਰੈਟੀਜੀ ਵਿੱਚ ਬੋਲਣੇ ਹੁੰਦੇ ਆ ਵਨ ਲਾਈਨ ਸਟਰੈਟੀਜੀ ਦੇ ਵਿੱਚ ਨਾ ਤਾਂ ਆਪਾਂ ਕੋਈ ਵਰਡ ਨੂੰ ਸਕਿਪ ਕਰ ਸਕਦੇ ਆ ਨਾ ਆਪਾਂ ਕਿਸੇ ਵਰਡ ਨੂੰ ਮਿਸ ਪ੍ਰੋਨਾਂਸ ਕਰ ਸਕਦੇ ਆ ਮਤਲਬ ਜੇ 8 ਤੋਂ ਲੈ ਕੇ 15 ਤੱਕ ਵਰਡਸ ਮੇ ਬੋਲਣੇ ਆ ਉਹ ਇੱਕ ਸੀਕੁਐਂਸ ਵਿੱਚ ਹੀ ਚਾਹੀਦੇ ਆ ਵਿੱਚੋਂ ਮੈਂ ਕੋਈ ਵੀ ਵਰਡ ਨੂੰ ਸਕਿਪ ਨਹੀਂ ਕਰ ਸਕਦਾ ਆ ਮੈਂ ਨਾ ਬਹੁਤ ਸਾਰੇ ਬੱਚਿਆਂ ਦੀ ਇਦਾਂ ਦੀ ਐਗਜ਼ਾਮਪਲ ਤੁਹਾਨੂੰ ਦੇ ਸਕਦਾ ਜਿਨ੍ਹਾਂ ਬੱਚਣੇ ਵਨ ਲਾਈਨ ਸਟਰੈਟੀਜੀ ਫਾਲੋ ਕੀਤੀ ਤੇ ਜ ਮੇਰੇ ਬਹੁਤ ਸਾਰੇ ਬੱਚਿਆਂ ਦੇ ਐਗਜ਼ਾਮਪਲ ਇਦਾਂ ਦੇ ਵੀ ਸ਼ੋਅ ਕਰ ਸਕਦਾ ਜਿਨ੍ਹਾਂ ਨੇ ਵਲਨਰਬਿਲਟੀ ਸਟ੍ਰੈਟੀਜੀ ਫਾਲੋ ਕੀਤੀ ਬਟ ਉਹਨਾਂ ਨੇ ਪੇਪਰ 'ਚ ਸਕੋਰ ਨਹੀਂ ਲਈ ਤਾਂ ਮੈਂ ਤੁਹਾਨੂੰ ਇਹ ਚੀਜ਼ ਸਪੈਸ਼ਲੀ ਦੱਸ ਦਿੰਨਾ ਜਿਨ੍ਹਾਂ ਬੱਚਿਆਂ ਨੇ ਸਕੋਰ ਲਏ ਆ ਤੇ ਜਿਨ੍ਹਾਂ ਬੱਚਿਆਂ ਦੇ ਸਕੋਰ ਨਹੀਂ ਆਏ ਨਹੀਂ ਬੈਂਡ ਸਕੋਰ ਆਉਣ ਵਾਲੇ ਬੱਚਾ ਦੀ ਗਿਣਤੀ ਕਿਤੇ ਜ਼ਿਆਦਾ ਆ ਜਿਹੜੇ ਨਵੇਂ ਬੈਂਡਸਪੋਰ ਬੱਚਿਆਂ ਦੇ ਆਏ ਉਹਨਾਂ ਦੀ ਗਿਣਤੀ ਕਿਤੇ ਜ਼ਿਆਦਾ ਵਾ ਹੁਣ ਇੱਕ ਐਗਜ਼ਾਮਪਲ 100 ਬੱਚਾ ਵਲਨੈਸ ਸਟ੍ਰੈਟੀਜੀ ਫਾਲੋ ਕਰਦਾ ਪਿਆ ਵਾ ਵਿੱਚੋਂ ਸਿਰਫ 30% ਬੱਚਿਆਂ ਦੇ ਮਾਰਕਸ ਵਲਨੈਸ ਸਟ੍ਰੈਟੀਜੀ ਨਾਲ ਆ ਰਹੇ ਆ ਬਾਕੀ ਬੱਚਿਆਂ ਦੇ 70% ਮਾਰਕਸ ਨਹੀਂ ਆਉਂਦੇ ਦੇਗੇ ਹੁਣ ਆਪਾਂ ਉਹਨੇ ਜਿਸ ਪ੍ਰਮੋਟ ਦਾ ਕੀਤੀ ਜਾਂਦੀ ਵੀ ਤੁਸੀਂ ਕਰ ਲਓ ਏ ਰੀਜ਼ਨ ਨਹੀਂ ਦੱਸਦੇ ਵੀ ਭਾਈ 70% ਬੱਚਿਆਂ ਦੇ ਨਹੀਂ ਆ ਰਹੇ ਕੱਦ ਤੋਂ ਨਹੀਂ ਆ ਰਹੇ ਉਹ ਰੀਜ਼ਨ ਕੀ ਆ ਮੈਂ ਤੁਹਾਨੂੰ ਰੀਜ਼ਨ ਦੱਸਦਾ ਬਾਕੀ ਇਹ ਚੀਜ਼ ਦਾ ਤਿਆਰ ਹੋ ਫੋਲੋ ਫੋਲੋ ਕਰਨਾ ਨਾ ਕਰਨਾ ਤੁਹਾਡੇ ਤੇ ਆ ਮੇਰਾ ਕੰਮ ਤੁਹਾਨੂੰ ਸਹੀ ਸਲਾਹ ਦੇਣਾ ਉਹ ਦਵਾਂਗੇ ਤੇ ਬਾਕੀ ਇਹ ਚੀਜ਼ ਨੂੰ ਤੁਸੀਂ ਦੇਖਣਾ ਵੀ ਤੁਹਾਡੇ ਵਾਸਤੇ ਫਾਇਦੇਮੰਦ ਆ ਕਿ ਨੁਕਸਾਨ ਦੇ ਕੇ ਜਾਊਗੀ ਦੇਖੋ ਵਨ ਲਾਈਨ ਸਟ੍ਰੈਟਜੀ ਦੇ ਪੂਰੇ ਰੀਲੋਡ ਦੀ ਮੈਂ ਦੋਵਾਂ ਦੀ ਗੱਲ ਕਰੂੰਗਾ ਵੀ ਤੁਸੀਂ ਪੂਰਾ ਕਰੋ ਕਿ ਵਨ ਲਾਈਨ ਨੂੰ ਕਰੋ ਪੂਰੇ ਰੀਲੋਡ ਦੇ ਵਿੱਚ ਆਪਣਾ ਇੱਕ ਚੀਜ਼ ਕਹੀ ਜਾਂਦੀ ਆ ਜਦੋਂ ਕਿਸੇ ਨੇ ਪੂਰਾ ਰੀਲੋਡ ਪੜਨਾ ਮ ਉਹਦੇ ਵਿੱਚ ਤੁਹਾਡੀ ਪਰਫਾਰਮੈਂਸ 100 ਦੇ ਵਿੱਚੋਂ 90% ਸਹੀ ਹੋਣੀ ਚਾਹੀਦੀ ਆ। ਐਗਜ਼ਾਮਪਲ ਜੇ ਮੈਂ ਪੂਰਾ ਰੀਡਲੋਡ ਪੜ੍ਹਦਾ ਪਿਆ ਮੈਂ ਵਿੱਚੋਂ ਮੇਰੀ ਕੋਈ 10% ਮਿਸਟੇਕ ਹੋ ਗਈ। 10% ਮੇਰੇ ਤੋਂ ਕੋਈ ਗਲਤੀ ਹੋ ਗਈ ਉਹ ਮਾਫ ਆ। 90% ਪਰਫਾਰਮੈਂਸ ਮੇਰੀ ਸਹੀ ਚਾਹੀਦੀ ਆ। ਐਗਜ਼ਾਮਪਲ ਜਿਵੇਂ ਤੁਸੀਂ ਸੁਣਿਆ ਵੀ ਹੋਊਗਾ ਵੀ ਆਪਾਂ ਰੀਡਲੋਡ ਦੇ ਵਿੱਚ ਇੱਕ ਜਾਂ ਦੋ ਵਰਡਸ ਨੂੰ ਸਕਿਪ ਕਰ ਸਕਦੇ ਜੇਕਰ ਆਪਾਂ ਨੂੰ ਔਖੇ ਲੱਗਦੇ ਪਏ ਆ। ਆਪਣੇ ਕੋਲ ਪੂਰੇ ਰੀਡਲੋਡ ਦੇ ਵਿੱਚ ਆਪਸ਼ਨ ਹੁੰਦੀ ਆ ਵੀ ਆਪਾਂ ਨੂੰ ਕੋਈ ਵਰਡ ਡਿਫਿਕਲਟ ਲੱਗੇ, ਕੋਈ ਵਰਡ ਔਖਾ ਲੱਗੇ ਆਪਾਂ ਕਿਸੇ ਵਰਡ ਨੂੰ ਸਕਿਪ ਕਰ ਸਕਦੇ ਆ। ਬਟ ਵਨ ਹੈ ਸ ਵਲਨ ਸਟਰੈਟਜੀ ਦੇ ਵਿੱਚ ਜਿੰਨੀ ਲਾਈਨ ਬੋਲਣੀ ਆ ਉਹਦੇ ਵਿੱਚ ਕੋਈ ਵੀ ਵਰਡ ਆਪਾਂ ਸਕਿਪ ਨਹੀਂ ਕਰ ਸਕਦੇ ਕਿ ਸਾਰੀ ਲਾਈਨ ਨੂੰ ਪ੍ਰੋਪਰਲੀ ਤੁਹਾਨੂੰ ਬੋਲਣਾ ਹੀ ਪਊਗਾ ਇਹ ਚੀਜ਼ਾਂ ਦਾ ਡਿਫਰੈਂਸ ਹੁੰਦਾ ਵਾ ਸੈਕੰਡ ਚੀਜ਼ ਆ ਕਿ ਵਲਨ ਸਟਰੈਟਜੀ ਨਾਲ ਸਾਡੀ ਰੀਡਿੰਗ ਦੇ ਵਿੱਚ ਸਕੋਰ ਜਾਣਗੇ ਕਈ ਬੱਚੇ ਚੀਜ਼ ਦਾ ਟੌਪਿਕ ਰੱਖਦੇ ਆ ਕਿ ਵਲਨ ਸਟਰੈਟਜੀ ਸਰ ਅਸੀਂ ਫਾਲੋ ਕਰਦੇ ਪਏ ਆ ਕਿ ਸਾਡੀ ਰੀਡਿੰਗ ਦੇ ਵਿੱਚ ਵਲਨ ਸਟਰੈਟਜੀ ਮਾਰਕਸ ਦੇ ਕੇ ਜਾਊ ਕਿ ਦੇਖੋ ਵਲਨ ਸਟਰੈਟਜੀ ਰੀਡਿੰਗ ਦੇ ਵਿੱਚ ਮਾਰਕਸ ਉਦੋਂ ਦਊਗੀ ਜਦੋਂ ਤੁਹਾਡੀ ਵਲਨ ਸਟਰੈਟਜੀ ਦੇ ਵਿੱਚ ਜਿੰਨੇ ਵਰਡਸ ਤੁਸੀਂ ਬੋਲਦੇ ਪਏ ਆ ਉਹ ਗ੍ਰੀਨ ਹੋਣਗੇ ਜੇਕਰ ਵਲਨ ਸਟਰੈਟਜੀ ਦੇ ਵਿੱਚ ਤੁਹਾਡੇ ਤੋਡੇ ਵਰਡਸ ਯੈਲੋ ਹੁੰਦੇ ਪਏ ਆ ਕਦੇ ਆਸਤੇ ਮੈਂ ਵਲਨ ਸਟਰੈਟੀਜੀ ਕਿਸੇ ਬੱਚੇ ਨੂੰ ਪ੍ਰਮੋਟ ਨਹੀਂ ਕਰਦਾ ਕਿਉਂਕਿ ਵਲਨ ਸਟਰੈਟੀਜੀ ਪੇਪਰ ਦੇ ਵਿੱਚ ਸਿਰਫ ਉਹ ਬੱਚੇ ਦੀ ਕੰਮ ਕਰਦੀ ਆ ਜਿਹੜੇ ਬੱਚੇ ਨੇ ਜਦੋਂ ਰੁਪਿਆ ਆਫ ਦਾ ਰੀਲੋਡ ਬੋਲਿਆ ਜਿੰਨੀ ਵੀ ਲਾਈਨ ਬੋਲੀ ਉਹਦੇ ਸਾਰੇ ਵਰਡਸ ਵਲਨ ਸਟਰੈਟੀਜੀ ਦੇ ਵਿੱਚ ਗ੍ਰੀਨ ਹੋਣਗੇ ਤੇ ਨਾ ਮੈਨੂੰ ਕਈ ਵਾਰੀ ਨਾ ਵੀਡੀਓ ਦੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਬੱਚੇ ਮੈਸੇਜ ਕਰਦੇ ਸਰ ਅ ਅਸੀਂ ਵਲਨ ਸਟਰੈਟੀਜੀ ਫਾਲੋ ਕੀਤੀ ਸੀ ਸਾਡੇ ਇਹ ਨੰਬਰ ਆ ਗਏ ਅਸੀਂ ਵਲਨ ਸਟਰੈਟੀਜੀ ਫਾਲੋ ਕੀਤੀ ਸੀ ਇਹਦੇ ਨੰਬਰ ਆ ਗਏ ਮੈਂ ਢੇਰ ਸਾਰੇ ਬੱਚੇ ਦੀ ਐਗਜ਼ਾਮਪਲ ਦੇ ਸਕਦਾ ਵਾਂ ਜਿਹੜੇ ਮੈਨੂੰ ਇੰਨੇ ਸਾਰੇ ਬੱਚੇ ਮੈਸੇਜ ਕਰਦੇ ਆ ਸਰ ਸਾਡਾ ਲਾਸਟ ਅਟੈਂਪਟ ਸੀਗਾ ਸਾਡੀ ਫੈਮਿਲੀ ਫੀਸ ਤੱਕ ਨਹੀਂ ਪੇ ਕਰ ਸਕਦੀ ਸੀਗੀ ਅਸੀਂ ਬੜੀ ਮੁਸ਼ਕਿਲ ਨਾਲ ਇਗਜ਼ਾਮ ਦੀ ਫੀਸ ਪੇ ਕੀਤੀ ਆ ਤੇ ਉਹ ਮਸਾ ਫੀਸ ਪੇ ਕਰਕੇ ਉਹ ਵਲਨਰੈਬਿਲਿਟੀ ਸਟ੍ਰੈਟੀਜੀ ਯੂਜ਼ ਕਰ ਬੈਠੇ ਉਹ ਸਾਡੀ ਫੀਸ ਵੀ ਖਰਾਬ ਹੋ ਕੇ ਬੈਠ ਗਈ ਬੜੇ ਸਾਰੇ ਬੱਚੇ ਇਦਾਂ ਦੇ ਹੁੰਦੇ ਆ ਹੁਣ ਜਿੰਨਾ ਬੱਚੇ ਕੋਲੇ ਲਾਸਟ ਚਾਂਸ ਆ ਕਿਸੇ ਵਿਚਾਰੇ ਨੇ ਮਸਾ ਪੇਪਰ ਦੇ ਪੈਸੇ ਕਿਤੋਂ ਲਏ ਆ ਮਸਾ ਕਿਸ ਨੇ ਕਲਾਸਿਸ ਦੀਆਂ ਫੀਸ ਕਿਤੋਂ ਲਈਆਂ ਵਾ ਉਹ ਬੱਚਾ ਇੱਕ ਨਿੱਕੀ ਜੀ ਗਾਈਡੈਂਸ ਕਰਕੇ ਸਾਰੀ ਜ਼ਿੰਦਗੀ ਖਰਾਬ ਹੋਦੀ ਉਹ ਬੱਚੇ ਦੀ ਹੋ ਜਾਂਦੀ ਆ ਠੀਕ ਹੈ ਪਤਾ ਨਹੀਂ ਅਗਲਾ ਸੋ ਸਹੀ ਸਲਾਹ ਦੇਣਾ ਆਪਣਾ ਕੰਮ ਹੁੰਦਾ ਸੋ ਕਦੇ ਆਸਤੇ ਵੀ ਕਿਸੇ ਬੱਚੇ ਨੂੰ ਮਿਸ ਗਾਈਡ ਨਾ ਕਰੋ ਚੁਆਇਸ ਅਗਲੇ ਦੀ ਆ ਉਹਨੇ ਕਰਨੀ ਆ ਨਹੀਂ ਕਰਨੀ ਆ ਉਹ ਗੱਲ ਵੱਖਰੀ ਆ ਪਰ ਆਪਾਂ ਆਪਦੇ ਵੱਲੋਂ ਆਪਾਂ 100% ਦੋ ਵੀਰ ਬੱਚੇ ਨੂੰ ਦੱਸੋ ਵੀ ਸਹੀ ਕੀ ਆ ਤੇ ਗਲਤ ਕੀ ਆ ਵੋਲਰ ਸਟਰਟੀ ਬਣਾਈ ਕਿਉਂ ਕੀਤੀ ਸੀ ਫੋਲੋ ਕਰਵਾਈ ਕਿਉਂ ਕੀਤੀ ਸੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਈ ਬੱਚੇ ਹੁੰਦੇ ਸੀ ਨਾ ਜਿੰਨਾਂ ਨੂੰ ਬੋਲਣ ਦੇ ਵਿੱਚ ਪ੍ਰੋਬਲਮ ਹੁੰਦੀ ਸੀ ਸਟੈਮਰਿੰਗ ਦੀ ਪ੍ਰੋਬਲਮ ਸਟੈਮਰਿੰਗ ਨੂੰ ਆਪਾਂ ਮਤਲਬ ਹਕਲਾ ਕੇ ਬੋਲਦੇ ਸੀ ਥੋੜਾ ਬਹੁਤ ਹਕਲਾ ਕੇ ਬੋਲਦੇ ਸੀ ਬੱਚੇ ਸਾਰਾ ਰੀਡਿੰਗ ਪੜ੍ਹਦੇ ਸੀ ਥੋੜਾ ਬਹੁਤ ਵਨ ਲਰਨ ਸਟ੍ਰੈਟਜੀ ਕਰ ਲਓ ਉਹਦੇ ਵਿੱਚ ਕੀ ਆ ਵੀ ਤੁਹਾਡੇ ਵਰਡ ਸਾਰੇ ਗ੍ਰੀਨ ਹੋ ਜੇ ਠੀਕ ਹੈ ਤੁਹਾਡੇ ਈਜ਼ੀਲੀ ਪੇਪਰ ਤੇ ਸਕੋਰ ਆ ਜਾਣਗੇ ਅੱਜ ਕੱਲ ਕੀ ਹੁੰਦਾ ਪਿਆ ਵਾ ਜਿਹੜੇ ਬੱਚੇ ਨੂੰ ਪੜ੍ਹਨਾ ਹੀ ਨਹੀਂ ਆਉਂਦਾ ਹਣ ਇੱਕ ਐਗਜ਼ਾਮਪਲ ਇੱਕ ਬੱਚਾ ਵਾ ਉਹਨੂੰ ਰੀਡਲੋਡ ਪੜ੍ਹਨਾ ਹੀ ਨਹੀਂ ਆਉਂਦਾ ਬਹੁਤ ਮੁਸ਼ਕਿਲ ਨਾਲ ਰੀਡਲੋਡ ਨੂੰ ਪੜ੍ਹਦਾ ਮੈਂ ਇਹਨੂੰ ਕਹਾਂਗਾ ਵਨ ਲਰਨ ਸਟ੍ਰੈਟਜੀ ਕਰ ਲੈ ਤੇਰੇ ਸਕੋਰ ਆ ਜਾਣ ਹੁਣ ਪੂਰਾ ਰੀਡਲੋਡ ਤਾਂ ਪੜ੍ਹਦਾ ਉਹਦੇ ਵਰਡ ਤਾਂ ਗ੍ਰੀਨ ਨਹੀਂ ਹੁੰਦੇਗੇ ਸਾਰਾ ਰੀਡਲੋਡ ਤੋਂ ਗਲਤ ਪੜ੍ਹੀ ਜਾਂਦਾ ਵਨ ਲਰਨ ਸਟ੍ਰੈਟਜੀ ਨੂੰ ਪੜ੍ਹੂਗਾ ਤੇ ਉਹਦੇ ਵਿੱਚ ਵਰਡਸ ਨੂੰ ਗ੍ਰੀਨ ਕਰ ਲੂਗਾ ਇਦਾਂ ਕਿਵੇਂ 6 ਤੋਂ 6 ਬੈਕ ਟੂ ਬੈਕ ਰੀਡ ਲੋਡਸ ਹੋਣੇ ਆ। ਇੱਕ ਦੇ ਵਿੱਚ ਤੁਸੀਂ 100% ਦੋ ਦੋ ਦੇ ਵਿੱਚ 100% ਦੇ ਦੋਗੇ। ਕਿ ਇਸ ਇੱਕ ਦੋ ਰੀਡ ਲੋਡ ਦੇ ਵਿੱਚ ਵਰਸ ਨਹੀਂ ਪੜਨੇ ਆ ਤੁਹਾਨੂੰ ਪ੍ਰੋਪਰਲੀ। ਉਹ ਸਾਰਾ ਰੀਡ ਲੋਡ ਖਰਾਬ ਹੋ ਜਾਣਾ। ਇੱਕ ਰੀਡ ਲੋਡ ਨੇ 5 ਨੰਬਰ ਤੁਹਾਡੀ ਰੀਡਿੰਗ ਨੂੰ ਦੇਣੇ ਆ। ਰੀਡ ਲੋਡ ਦਾ ਕੰਟੈਂਟ ਦਾ ਮਾਰਕਸ ਜਿਹੜਾ ਹੁੰਦਾ ਨਾ 5 ਮਾਰਕਸ ਦਾ ਇੱਕ ਰੀਡ ਲੋਡ ਦਾ ਕੰਟੈਂਟ ਹੁੰਦਾ ਵਾ ਤੇ 5 ਦੇ 5 ਨੰਬਰ ਕੰਟੈਂਟ ਦੇ ਰੀਡਿੰਗ ਨੂੰ ਦੇ ਦਿੰਦਾ ਵਾ ਹੁਣ ਜੇਕਰ ਆਪਾਂ ਇੱਕ ਰੀਡ ਲੋਡ ਖਰਾਬ ਕਰਦੇ ਪਏ ਆ 5 ਨੰਬਰ ਕੇ 2 ਖਰਾਬ ਕਰਤੇ 10 ਨੰਬਰ ਕੇ ਇਦਾਂ ਤੁਹਾਡੇ ਰੀਡਿੰਗ ਦੇ ਮਾਰਕਸ ਡਾਊਨ ਜਾਣੇ ਸਮੇਂ ਦੇ ਪੇ ਚੀਜ਼ ਨੂੰ ਸੋ ਕੋਈ ਵੀ ਬੱਚਾ ਜਿਹੜਾ ਵਲੈਂਸ ਸਟ੍ਰੈਟੀਜੀ ਫਾਲੋ ਕਰਦਾ ਪਿਆ ਵਾ ਮੇਰੀ ਉਹਨਾਂ ਨੂੰ ਇਹੀ ਰਿਕੁਐਸਟ ਆ ਜੇ ਤਾਂ ਤੁਸੀਂ ਭਾਈ ਵਲੈਂਸ ਸਟ੍ਰੈਟੀਜੀ ਫਾਲੋ ਕਰਨੀ ਆ ਤਾਂ ਬਸ ਇੱਕ ਚੀਜ਼ ਨੂੰ ਧਿਆਨ ਚ ਰੱਖੋ ਵਰਡਸ ਲਾਈਨ ਜਿੱਥੋਂ ਵੀ ਲਾਈਨ ਚੱਕਦੇ ਪਏ ਤੁਸੀਂ ਵਲ ਪੂਰੀ ਲਾਈਨ ਨੂੰ ਪੜੋ ਠੀਕ ਹੈ ਤੇ ਜੇ ਤੁਸੀਂ ਪੜਦੇ ਪਿਓ ਵਰਡਸ ਗ੍ਰੀਨ ਹੋਣੇ ਚਾਹੀਦੇ ਆ ਰੈੱਡ yellow ਨਹੀਂ ਹੋਣੇ ਚਾਹੀਦੇ ਹੁੰਦੇ ਪਿਆ ਤਾਂ ਨਾ ਦੋ ਪੇਪਰ ਹੀ ਨਾ ਦੋ ਹੁਣ ਜਿਹੜੇ ਕਈ ਵਾਰੀ ਆਪਾਂ ਨੂੰ ਹੁੰਦਾ ਨਾ ਵੀ ਆਪਾਂ ਕਹਿੰਦੇ ਆ ਵੀ ਸਰ ਆ ਬੱਚੇ ਨੇ ਫਾਲੋ ਕੀਤੀ ਸੀ ਉਹ ਲੈ ਸਟੱਡੀ ਦੇ ਨੰਬਰ ਆ ਗਏ ਉਹਦਾ ਕਦੇ ਵੈਸੇ ਰੀਲੋਡ ਚੈੱਕ ਕਰਕੇ ਦੇਣਾ ਜਿਹੜੇ ਕਹਿੰਦੇ ਹੋ ਨਾ ਵੀ ਸਾਰਾ ਬੱਚੇ ਨੇ ਫੋਲੋ ਕੀਤੀ ਸੀ ਇਹਦੇ ਨੰਬਰ ਆ ਗਏ ਉਹਦੀ ਵੈਸੇ ਕਦੇ ਪਰਫਾਰਮੈਂਸ ਚੈੱਕ ਕਰਕੇ ਦੇਖ ਲਓ ਉਹ ਬੱਚਾ ਵੈਸੇ ਵੀ ਬੜੀ ਤਕੜੀ ਪਰਫਾਰਮੈਂਸ ਵਾਲਾ ਹੁੰਦਾ ਆਪਾਂ ਪ੍ਰਮੋਟ ਹੋਣਾ ਬੱਚੇ ਨੂੰ ਕਰ ਜੇ ਨਾ ਬੱਚਾ ਨੂੰ ਅੱਖਰ ਨਹੀਂ ਪੜਨਾ ਹੁੰਦਾ ਠੀਕ ਹੈ ਹੁਣਾਂ ਚੋ ਕੋਈ ਫਰਕ ਨਹੀਂ ਆਏਗਾ ਹੁਣ ਇੱਕ ਪਾਸੇ ਮੈਂ ਐਕਸਪਰਟ ਭਾਦਾ ਜਿਹਨੂੰ ਪੜਨਾ ਆਉਂਦਾ ਪੂਰਾ ਇੱਕ ਪਾਸੇ ਮੈਂ ਭਾਦਾ ਬੰਦਾ ਬਿਗਨਰ ਹੁਣ ਉਹ ਬਿਗਨਰ ਬੱਚਾ ਐਕਸਪਰਟ ਦੀ ਰਿਸਕ ਇਥੋਂ ਕਰ ਜੂਗਾ ਸਮੇਂ ਦੇ ਬੀ ਚੀਜ਼ ਨੂੰ ਤੁਸੀਂ ਸੋ ਇਹ ਚੀਜ਼ ਤੇ ਫੋਕਸ ਰੱਖਣਾ ਨਾ ਕਦੇ ਵੀ ਬੇਫਕੂਫੀ ਨਹੀਂ ਕਰਨੀ ਇਹ ਚੀ ਪੂਰਾ ਰੀਡਲੋਡ ਪੜਨਾ ਮੈਂ ਕਿਉਂ ਪ੍ਰੇਫਰ ਕਰਦਾ ਮੈਂ ਤੁਹਾਨੂੰ ਇੱਕ ਚੀਜ਼ ਦਾ ਐਗਜ਼ਾਮਪਲ ਦਿੰਦਾ ਹੁਣ ਮੈਂ ਕਿਸੇ ਬੱਚੇ ਨੂੰ ਪ੍ਰੈਕਟਿਸ ਕਰਵਾਵਾਂ ਮੈਂ ਕਿਸੇ ਬੱਚੇ ਨੂੰ ਪ੍ਰੈਕਟਿਸ ਕਰਵਾਵਾਂ ਹੁਣ ਬੱਚਾ ਰੀਡਲੋਡ ਤੇ ਮਿਹਨਤ ਕਰੇ ਪੂਰੀ ਮਿਹਨਤ ਕਰੇ ਹੁਣ ਉਹ ਬੱਚੇ ਨੇ ਜੇ ਪੂਰੀ ਮਿਹਨਤ ਕੀਤੀ ਆ ਤਾਂ ਐਗਜ਼ਾਮ ਦੇ ਵਿੱਚ ਉਹਦੀ ਮਿਹਨਤ ਰੰਗ ਵੀ ਲੈ ਕੇ ਆਉਗੀ ਕਿਉਂਕਿ ਪੂਰਾ ਕਰਦਾ ਪਿਆ ਜੇ ਤੁਹਾਨੂੰ ਇੱਥੇ ਪਤਾ ਲੱਗ ਗਿਆ ਵੀ ਹਾਂ ਬਈ ਸਹੀ ਜਾ ਰਿਹਾ ਪੂਰਾ ਰੀਡਲੋਡ ਮੇਰਾ ਸਹੀ ਜਾ ਰਿਹਾ ਠੀਕ ਹੈ ਵਧੀਆ ਵਰਡ ਸਾਰੇ ਕੁਝ ਹੋਈ ਜਾਂਦੇ ਗ੍ਰੀਨ ਹੋਈ ਜਾਂਦੇ ਮਾਰਕਸ ਆਈ ਜਾਂਦੇ ਆ ਪੂਰਾ ਪੇਪਰ ਜਾ ਕੇ ਕਰੂਗਾ ਹੋ ਸਕਦਾ ਉਹ ਕਿ 100% ਮੈਨ ਲਿੰਗੇਜ ਪੂਰਾ ਰੀਡੋਟ ਬੱਚਾ ਕਰਦਾ ਪਿਆ ਵਾ ਹੁਣ ਵਨ ਲ ਸਟ੍ਰੈਟੀਜੀ ਦੇ ਵਿੱਚ ਮੈਂ ਇੱਥੇ ਪ੍ਰੈਕਟਿਸ ਕਰੀ ਜਾਂਦਾ ਵਰਡਸ ਮੇਰੇ ਇੱਕ ਦੋ ਰੈੱਡ ਯੈਲੋ ਹੋਈ ਜਾਂਦੇ ਆ ਐਗਜ਼ਾਮ ਤੇ ਜਾ ਕੇ ਜਦੋਂ ਮੈਂ ਪੇਪਰ ਪਰਫਾਰਮ ਕਰਨ ਗਿਆ ਇੱਕ ਅੱਧਾ ਵਰਡ ਵੀ ਰੈੱਡ ਯੈਲੋ ਹੋ ਗਿਆ ਨਾ ਕੰਮ ਖਤਮ ਹੋ ਜਾਣਾ ਤੇ ਯਾਦ ਠੀਕ ਹੈ ਸੋ ਇਹ ਚੀਜ਼ ਨੂੰ ਧਿਆਨ ਚ ਰੱਖਣਾ ਇਹ ਚੀਜ਼ ਬੜੀ ਚੀਜ਼ ਹੁੰਦੀ ਆ ਵੀ ਆਹ ਸੈਂਟਰ ਚ ਪੇਪਰ ਭਰਦੇ ਇਥੇ ਵਲੈਂਸ ਸਟ੍ਰੈਟੀਜੀ ਵਰਕ ਕਰਦੀ ਆ ਆਹ ਸੈਂਟਰ ਚ ਪੇਪਰ ਭਰਦੇ ਇਥੇ ਵਲੈਂਸ ਸਟ੍ਰੈਟੀਜੀ ਦੇਖੋ ਭਈ ਸਾਰੇ ਐਗਜ਼ਾਮ ਸੈਂਟਰ ਸੇਮ ਹੁੰਦੇ ਆ ਕੋਈ ਐਗਜ਼ਾਮ ਸੈਂਟਰ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੁੰਦਾ ਵੀ ਇਥੇ ਆ ਸਟ੍ਰੈਟੀਜੀ ਵਰਕ ਕਰੂਗੀ ਇਥੇ ਆ ਸਟ੍ਰੈਟੀਜੀ ਵਰਕ ਕਰੂਗੀ ਆਲ ਐਗਜ਼ਾਮ ਸੈਂਟਰ ਸਾਰੇ ਸੇਮ ਹੁੰਦੇ ਆ ਕਿਤੇ ਕੋਈ ਵੀ ਡਿਫਰੈਂਸ ਨਹੀਂ ਹੁੰਦਾਗਾ ਰੀਡ ਅਲੌਡ ਨੂੰ ਇੰਪਰੂਵ ਕਰਨ ਦਾ ਇੱਕ ਮੈਥਡ ਆ ਜੋ ਕਿ ਸਭ ਤੋਂ ਟੌਪ ਤੇ ਚੱਲਦਾ ਆ ਰਿਹਾ ਤੇ ਉਹ ਮ ਬੁੱਕ ਇੱਕ ਇਦਾਂ ਦੀ ਚੀਜ਼ ਆ ਜਿਹੜੇ ਬੱਚੇ ਨੇ ਬੁੱਕ ਨਾਲ ਫਰੈਂਡਸ਼ਿਪ ਕਰ ਲਈ ਠੀਕ ਆ ਨਾ ਉਹ ਬੱਚਾ ਕਦੇ ਆਸਤੇ ਵੀ ਰੀਡਲੋਡ ਦੇ ਵਿੱਚੋਂ ਮਾਰ ਨਹੀਂ ਖਾਂਦਾ 101 ਪਰਸੈਂਟੇਜ ਇਸ ਦੀ ਮੈਂ ਤੁਹਾਨੂੰ ਸ਼ਿਉਰਟੀ ਦਿੰਦਾ ਵੀ ਜਿਹੜਾ ਬੱਚਾ ਬੁੱਕ ਪੜ੍ਹਦਾ ਉਹਦੇ 100 ਚੋਂ 100 ਪਰਸੈਂਟ ਐਗਜ਼ਾਮ ਦੇ ਵਿੱਚੋਂ ਰੀਡਲੋਡ ਦੇ ਵਿੱਚੋਂ ਸਕੋਰ ਆਉਂਦੇ ਹੀ ਆਉਂਦੇ ਆ ਹੁਣ ਬੁੱਕ ਨੂੰ ਪੜ੍ਹਨਾ ਕਿਵੇਂ ਬੁੱਕ ਦੇ ਮੈਥਡਸ ਪਤਾ ਹੋਣੇ ਚਾਹੀਦੇ ਆ ਜਿਹੜੀ ਮੇਨ ਚੀਜ਼ ਆ ਨਾ ਆਪਾਂ ਬੁੱਕ ਦੇ ਮੈਥਡਸ ਤੇ ਕਦੇ ਧਿਆਨ ਨਹੀਂ ਦਿੰਦੇ ਬੁੱਕ ਨੂੰ ਪੜ੍ਹਨਾ ਕਿਵੇਂ ਚਾਹੀਦਾ ਵਾ ਬੁੱਕ ਨੂੰ ਕਿਹੜੀਆਂ ਚੀਜ਼ਾਂ ਨਾਲ ਫਾਲੋ ਕਰਨਾ ਚਾਹੀਦਾ ਬ ਬੁੱਕ ਆਪਣੇ ਕਦੋਂ ਇੰਪਰੂਵਮੈਂਟ ਕਰਵਾਉਂਦੀ ਹੈ ਪਹਿਲੀ ਚੀਜ਼ ਤਾਂ ਨਾ ਬੁੱਕ ਉਦਾਂ ਦੀ ਚੂਜ਼ ਕਰਿਆ ਕਰੋ ਜਿਹੜੀ ਵੀ ਕੋ ਤੁਹਾਡੇ ਲੈਵਲ ਦੀ ਹੋਵੇ ਹੁਣ ਆਪਾਂ ਕਈ ਵਾਰੀ ਕੋਈ ਇਦਾਂ ਦਾ ਨਿਊਜ਼ਪੇਪਰ ਚੱਕ ਲੈਣੇ ਹੁੰਦੇ ਆ ਆਪਾਂ ਕੋਈ ਨੋਵਲ ਆਰਟੀਕਲ ਪੜ੍ਹ ਲੈਣੇ ਆ ਦੇਖੋ ਨਿਊਜ਼ਪੇਪਰ ਵਗੈਰਾ ਦੇ ਲੈਵਲ ਬਹੁਤ ਹਾਈ ਹੁੰਦੇ ਆ ਤੁਸੀਂ ਕਿ ਨੋਵਲ ਆਰਟੀਕਲ ਪੜ੍ਹ ਲਓ ਤੁਸੀਂ ਕੋਈ ਬੁੱਕ ਲੈ ਲਓ ਉਹਦਾ ਮਤਲਬ ਮੀਡੀਅਮ ਜਿਹਾ ਲੈਵਲ ਹੋਵੇ ਜ਼ਿਆਦਾ ਹਾਈ ਨਾ ਹੋਵੇ ਜ਼ਿਆਦਾ ਲੋ ਨਾ ਹੋਵੇ ਸਕੂਲ ਲੈਵਲ ਆਪਾਂ ਕਹਿ ਸਕਦੇ ਐਗਜ਼ਾਮਪਲ ਤੌਰ ਤੇ ਜਿਵੇਂ ਆਪਾਂ 10th ਕਲਾਸ ਦੇ ਵਿੱਚ 9th ਕਲਾਸ ਦੇ ਵਿੱਚ 11th ਕਲਾਸ ਦੇ ਵਿੱਚ ਕੀ ਇੰਗਲਿਸ਼ ਆਤੀ ਹੈ ਕੋਈ ਹਾਈ ਫਾਈ ਇੰਗਲਿਸ਼ ਵਾਲੇ ਆਪਾਂ ਨੂੰ ਸਪੈਲਿੰਗ ਨਹੀਂ ਚਾਹੀਦੀ ਤੇ ਕੇ ਬਸ ਤੁਹਾਡਾ ਇੱਕ ਕੰਮ ਹੋਣਾ ਚਾਹੀਦਾ ਵਾ ਜਦੋਂ ਤੁਸੀਂ ਪਰਫਾਰਮ ਕਰਨਾ ਵਾ ਠੀਕ ਆ ਬੁੱਕ ਨੂੰ ਰੀਡ ਕਰਨਾ ਵਾ ਬੁੱਕ ਦੇ ਵਿੱਚ ਕਾਲੀ ਨਹੀਂ ਕਰਨੀ ਵੀ ਮੈਂ ਜੇ ਬੁੱਕ ਪੜਦਾ ਪਏ ਤਾਂ ਜਲਦੀ ਜਲਦੀ ਮੈਂ ਬੁੱਕ ਨੂੰ ਪੜਾਂ ਬੜੇ ਆਰਾਮ ਨਾਲ ਬੁੱਕ ਨੂੰ ਪੜਨਾ ਬੜੇ ਠਹਿਰਾਉ ਨਾਲ ਬੁੱਕ ਨੂੰ ਪੜਨਾ ਬਸ ਇੱਕ ਚੀਜ਼ ਬੁੱਕ ਦੇ ਵਿੱਚ ਧਿਆਨ ਰੱਖਣੀ ਆ ਜਦੋਂ ਬੁੱਕ ਨੂੰ ਤੁਸੀਂ ਰੀਡ ਕਰਦੇ ਪਏ ਹੋ ਤੁਹਾਡੀ ਕਲੈਰਿਟੀ ਪਹਿਲੇ ਨੰਬਰ ਤੇ ਹੋਵੇ ਭੱਜਣਾ ਨਹੀਂਗਾ ਕਲੈਰਿਟੀ ਸ਼ੋ ਕਰਣੀ ਆ ਸੈਕੰਡ ਚੀਜ਼ ਹੈ ਇੱਕ ਪੇਜ ਤੇ 5 ਮਿੰਟ ਲਾਓ ਇੱਕ ਪੇਜ ਤੇ 10 ਮਿੰਟ ਲਾਓ ਪਰ ਜਿਹੜੇ ਪੇਜ ਨੂੰ ਰੀਡ ਕਰਨਾ ਉਹਨੂੰ ਪ੍ਰੋਪਰਲੀ ਰੀਡ ਕਰਨਾ ਬਾਈ ਕੱਲੀ-ਕੱਲੀ ਚੀਜ਼ ਦੇਖ ਕੇ ਵੀ ਕੋਈ ਵਿੱਚੋਂ ਮਿਸਟੇਕ ਉਹਦੇ ਰਹਿ ਨਾ ਜਾਵੇ ਕਲੀਅਰ ਜੇ ਤਾਂ ਤੁਸੀਂ ਇਹਨਾਂ ਚੀਜ਼ ਨੂੰ ਫਾਲੋ ਕਰੋਗੇ 101% ਤੁਹਾਡੇ ਸਕੋਰ ਆਉਣਗੇ ਤੇ ਬੁੱਕ ਦੀ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਬੁੱਕ ਨਾ 7 ਡੇਜ਼ ਦਾ ਪ੍ਰੋਸੈਸ ਹੁੰਦਾ ਸੱਤਾਂ ਦਿਨ ਹੁੰਦਾ ਜਿਹੜੇ ਬੱਚੇ ਨੇ 7 ਡੇਜ਼ ਬੁੱਕ ਨੂੰ ਰੀਡ ਕਰ ਲਿਆ ਉਹ 100% ਪੇਪਰ ਚ ਸਕੋਰ ਲੈ ਕੇ ਜਾਊਗਾ ਐਂਡ ਐਪ ਵਰਸਸ ਐਗਜ਼ਾਮ ਜਦੋਂ ਕੋਈ ਬੱਚਾ ਨਾ ਐਪ ਉਨੀ ਤੇ ਜਾਂ ਕਿਸੇ ਵੀ ਐਪ ਤੇ ਪ੍ਰੈਕਟਿਸ ਕਰਦਾ ਹੋਣੀ ਚੀਜ਼ ਹੁੰਦੀ ਹੈ ਵੀ ਸਰ ਮੇਰੇ ਐਪ ਦਾ ਸਕੋਰ ਹੀ ਨਹੀਂ ਦੇ ਰਹੀ ਰੀਅਲ ਐਗਜ਼ਾਮ 'ਚ ਮੇਰੇ ਸਕੋਰ ਆ ਜਾਣਗੇ ਹੁਣ ਮੈਂ ਕਿਸੇ ਵੀ ਐਪ ਤੋਂ ਪ੍ਰੈਕਟਿਸ ਕਰਦਾ ਪਿਆ ਮੇ ਮੇ 40 ਆ ਰਹੇ ਆ 30 ਆ ਰਹੇ ਆ ਰੀਅਲ ਐਗਜ਼ਾਮ 'ਚ ਮੈ ਲੈਣੇ 7 ਹੀ ਚ ਹੁਣ ਕਿਵੇਂ ਐਗਜ਼ਾਮ 'ਚ ਸਕੋਰਿੰਗ ਲੈ ਕੇ ਆ ਸਕਦਾ ਦੇਖੋ ਪਹਿਲੀ ਚੀਜ਼ ਤਾਂ ਇਹ ਕਿਸੇ ਵੀ ਐਪ ਦੀ ਸਕੋਰਿੰਗ ਨੂੰ ਰੀਅਲ ਐਗਜ਼ਾਮ ਨਾਲ ਕੰਪੇਅਰ ਕਰਨਾ ਹੀ ਨਹੀਂ ਚਾਹੀਦਾ ਕਿਸੇ ਵੀ ਐਪ ਦੀ ਸਕੋਰਿੰਗ ਨੂੰ ਰੀਅਲ ਐਗਜ਼ਾਮ ਨਾਲ ਕੰਪੇਅਰ ਕਰਨਾ ਹੀ ਨਹੀਂ ਚਾਹੀਦਾ ਉਹਨਾਂ 'ਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਵਾ ਐਪ ਤੇ ਰੀਅਲ ਐਗਜ਼ਾਮ ਦੀ ਸਕੋਰਿੰਗ ਦੇ ਵਿੱਚ ਐਂਡ ਜੇ ਕੋਈ ਬੱਚਾ ਕਲਾਸ ਦੇ ਵਿੱਚ 40 50 ਸਕੋਰ ਲੈ ਰਿਹਾ ਜ਼ਰੂਰੀ ਨਹੀਂ ਗਾ ਪੇਪਰਸ ਵੀ 40 50 ਲਊਗਾ ਤੇ ਜਿਹੜਾ ਬੱਚਾ ਕਲਾਸ ਦੇ ਵਿੱਚ 70 80 ਲੈ ਰਿਹਾ ਉਹ ਜ਼ਰੂਰੀ ਨਹੀਂ ਗਾ ਵੀ ਐਗਜ਼ਾਮ ਤੇ ਜਾ ਕੇ ਵੀ 70 80 ਲਊਗਾ ਦੋਵਾਂ ਚੀਜ਼ਾਂ ਦੇ ਵਿੱਚ ਡਿਫਰੈਂਸ ਆ ਦੋਵਾਂ ਡਿਫਰੈਂਸ ਨੂੰ ਸਮਝੋ ਫਿਰ ਆਪਣੇ ਪੇਪਰ ਨੂੰ ਜਾ ਕੇ ਹਰ ਇੱਕ ਬੱਚੇ ਨੇ ਬੁੱਕ ਕਰਨਾ ਜਿਹੜੇ ਬੱਚੇ ਇਹਨਾਂ ਚੀਜ਼ਾਂ ਨੂੰ ਫਾਲੋ ਕਰ ਲੈਣਗੇ ਨਾ ਦਿਨਾਂ ਦੇ ਵਿੱਚ ਆ ਕੀ ਜ਼ਾ ਡੇਲੀ ਬੇਸਿਸ ਤੇ ਜ਼ਿਆਦਾ ਜ਼ਿਆਦਾ ਰੀਡ ਲੋਡ ਦੀ ਪ੍ਰੈਕਟਿਸ ਕਰਨੀ ਬੰਦ ਕਰ ਦੋ ਜਿਹੜੇ ਬੱਚੇ ਤੁਹਾਡੀ ਕਲਾਸ ਚ ਹੈਗੇ ਹਨ ਇਦਾਂ ਦੇ ਵੀ ਜਿਹੜੇ ਦੇਖਦੇ ਪਏ ਆ ਕਿ ਡੇਲੀ ਬੇਸਿਸ ਤੇ 40 50 100 ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਰੀਡ ਲੋਡਸ ਨੂੰ ਕਰਦੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿੰਨੇ ਜ਼ਿਆਦਾ ਰੀਡ ਲੋਡਸ ਤੁਸੀਂ ਕਰਦੇ ਆ ਉੰਨੇ ਜ਼ਿਆਦਾ ਸਕੋਰ ਘਟ ਆਉਂਦੇ ਤੁਹਾਡੇ ਚਾਂਸਸ ਹੈ ਤੁਹਾਨੂੰ ਮੈਂ ਲਿਖ ਕੇ ਦੇ ਦਿੰਦਾ ਕੋਈ ਵੀ ਤੁਹਾਡੀ ਕਲਾਸ ਦੇ ਵਿੱਚ ਸਟੂਡੈਂਟ ਇਦਾਂ ਨਾ ਹੋਵੇ ਜਿਹੜਾ ਕਹਿੰਦਾ ਸਰ ਮੈਂ ਰੀਲੋਡ ਦੀ ਬਹੁਤ ਪ੍ਰੈਕਟਿਸ ਕਰਦਾ ਭਾਈ ਜਿੰਨੀ ਪ੍ਰੈਕਟਿਸ ਕਰਦੇ ਹੋ ਨਾ ਉਨਾ ਜ਼ਿਆਦਾ ਥੱਲੇ ਡੇਗੋਗੇ ਚੀਜ਼ ਨੂੰ ਧਿਆਨ ਚ ਰੱਖਿਓ ਇੱਕ ਦਿਨ ਦੇ ਵਿੱਚ 20 30 20 15 20 30 ਮਤਲਬ ਮਸ ਇੰਨੇ ਕੀ ਕਰੋ ਜ਼ਿਆਦਾ ਨਹੀਂ ਕਰੀਦੇ ਹੁੰਦੇ ਕਦੇ ਵੀ ਰੀਲੋਡ ਇੱਕ ਰੀਲੋਡ ਖਰਾਬ ਉਹਨੂੰ ਇੱਕ ਵਾਰ ਕਰੋ ਦੋ ਵਾਰ ਕਰੋ ਤਿੰਨ ਵਾਰ ਕਰੋ ਕਿਸੇ ਰੀਡਲਰ ਨੂੰ ਤਿੰਨ ਵਾਰ ਤੋਂ ਜ਼ਿਆਦਾ ਪ੍ਰੈਕਟਿਸ ਵੀ ਨਾ ਕਰੋ ਤਿੰਨ ਵਾਰ ਉਹਦੀ ਲਿਮਟ ਆ ਤਿੰਨ ਵਾਰੀ ਤੋਂ ਜ਼ਿਆਦਾ ਕਿਸੇ ਵੀ ਰੀਡਲਰ ਦੀ ਵਾਰ-ਵਾਰ ਤੁਸੀਂ ਪ੍ਰੈਕਟਿਸ ਨਹੀਂ ਕਰਨੀ ਕਲੀਅਰ ਆ ਇਹ ਚੀਜ਼ ਤੇ ਵੀ ਤੁਸੀਂ ਧਿਆਨ ਰੱਖਣਾ ਹੈ ਐਂਡ ਅਗਲੀ ਚੀਜ਼ ਆ ਜਦੋਂ ਤੁਸੀਂ ਆਪਣੇ ਰੀਡਲਰ ਨੂੰ ਪਰਫਾਰਮ ਕਰਦੇ ਫੇ ਸਭ ਤੋਂ ਜ਼ਿਆਦਾ ਰੀਡਲਰ ਦੇ ਵਿੱਚ ਇੰਪੋਰਟੈਂਟ ਚੀਜ਼ ਕੀ ਹੁੰਦੀ ਹੈ ਜਿਹੜੀ ਤੁਸੀਂ ਫਾਲੋ ਕਰਨੀ ਆ ਜਦੋਂ ਆਪਾਂ ਕਿਸੇ ਰੀਡਲਰ ਨੂੰ ਪੜ੍ਹਦੇ ਪਏ ਨਾ ਫਰਸਟ ਪ੍ਰਾਇੋਰਟੀ ਆਵਰਡਸ ਨੂੰ ਗ੍ਰੀਨ ਕਰਨਾ ਹੈ ਦੀ ਆਪਣੇ ਵਰਡਸ ਨੂੰ ਗ੍ਰੀਨ ਕਰੋ ਜਦੋਂ ਤੁਹਾਡੇ ਵਰਡਸ ਗ੍ਰੀਨ ਹੋਣੇ ਹੌਲੀ ਹੌਲੀ ਸ਼ੁਰੂ ਹੋ ਜਾਂਦੇ ਆ ਠੀਕ ਹੈ ਮਤਲਬ ਪਹਿਲਾਂ ਫਲੋ ਤੇ ਧਿਆਨ ਛੱਡ ਦੋ ਦਿਨ ਦੀ ਫਲੋ ਆ ਰਿਹਾ ਨਹੀਂ ਆ ਰਿਹਾ ਕੋਈ ਗੱਲ ਨਹੀਂ ਫਲੂਐਂਸੀ ਤੇ ਕਦੇ ਪਹਿਲਾਂ ਧਿਆਨ ਨਹੀਂ ਦੇਣਾ ਹੁੰਦਾ ਵਰਡਸ ਗ੍ਰੀਨ ਹੋਣੇ ਸ਼ੁਰੂ ਹੋ ਗਏ ਫਿਰ ਹੌਲੀ ਹੌਲੀ ਫਲੂਐਂਸੀ ਅਲ ਮੂਵ ਕਰਨਾ ਠੀਕ ਹੈ ਵਰਡਸ ਗ੍ਰੀਨ ਹੋ ਗਏ ਫਿਰ ਹੌਲੀ ਹੌਲੀ ਫਲੂਐਂਸੀ ਅਲ ਮੂਵ ਕਰਨਾ ਥੋੜਾ ਕੰਟੀਨਿਊਸਲੀ ਪੜ੍ਹਨਾ ਸਟਾਰਟ ਕਰਨਾ ਇਹਨਾਂ ਮੈਥਡਸ ਨੂੰ ਫਾਲੋ ਕਰ ਲੈਣਾ 101% ਤੁਹਾਡੇ एग्जाम ਦੇ ਵਿੱਚ ਸਕੋਰ ਆ ਜਾਣਗੇ ਤੇ ਕਲਾਸ ਵਾਰੀ ਫਿਰ ਕਹਿਣ ਲੱਗਾ ਵਲਨ ਸਟਰੈਟੀ ਪੂਰਾ ਰੀਲੋਡ ਕਰਨਾ ਇਹ ਤੁਹਾਡੀ ਚੁਆਇਸ ਆ ਬਟ ਮੈਂ ਇਹ ਚੀਜ਼ ਤੁਹਾਨੂੰ ਕਹਿ ਦਿੰਦਾ ਜਿਹੜੇ ਮੈਨੂੰ ਦੇਖਣ ਵਾਲੇ ਬੱਚੇ ਉਹ ਨੇ ਵੀ ਸਰ ਸਾਨੂੰ ਪੜਨਾ ਨਹੀਂ ਆਉਂਦਾ ਠੀਕ ਹੈ ਜਿਹੜੇ ਮੈਨੂੰ ਦੇਖਣ ਵਾਲੇ ਬੱਚੇ ਆਉਣ ਨੇ ਵੀ ਸਰ ਸਾਨੂੰ ਪੜਨਾ ਨਹੀਂ ਆਉਂਦਾਗਾ ਸਾਨੂੰ ਰੀਡ ਲਾਉਟ ਦੇ ਵਿੱਚ ਜਾਂ ਇੰਗਲਿਸ਼ ਨੂੰ ਪੜਨ ਚ ਸਿੰਪਲ ਭਾਸ਼ਾ ਰਕ ਮੈਂ ਇੰਗਲਿਸ਼ ਨੂੰ ਪੜਨ ਚ ਦਿੱਕਤ ਆਉਂਦੀ ਹੈ ਇੰਗਲਿਸ਼ ਨਹੀਂ ਸਾਡੇ ਤੋਂ ਪੜੀ ਜਾਂਦੀ ਤੇ ਭਾਜੀ ਇੰਗਲਿਸ਼ ਨੂੰ ਪੜਨ ਚ ਦਿੱਕਤ ਆਉਂਦੀ ਹੈ ਨਾ ਤੇ ਸਿੰਪਲ ਵੀ ਨਾ ਕਹਿਣਾ ਪਿਆਵਾ ਵੀ ਪੂਰਾ ਰੀਡ ਲਾਉਟ ਪੜੋ ਠੀਕ ਹੈ ਜੇ ਇੰਗਲਿਸ਼ ਪੜਨ ਚ ਦਿੱਕਤ ਆ ਵਨ ਸਟ੍ਰੈਟਜੀ ਨਾਲ ਪੰਗਾ ਨਾ ਲਾਓ ਕਿਉਂਕਿ 10 ਬੱਚੇ ਪੇਪਰ ਦੇਣ ਜਾਣਗੇ ਵਿੱਚੋਂ ਕਿਸੇ 1-2 ਦੇ ਨੰਬਰ ਆ ਜਾਣਗੇ ਤੇ ਬਾਕੀਆਂ ਦੇ ਨਹੀਂ ਆਉਣੇ ਤੇ 1-2 ਦੇ ਆ ਜਾਣਗੇ ਉਹਦਾ ਕੋਈ ਫਾਇਦਾ ਨਹੀਂ ਰਹਿਣਾ ਉਹ ਵੀ ਤੀਰ ਤੁਕਾ ਲੱਗ ਗਿਆ ਤੇ ਆ ਜਾਣਗੇ ਨਹੀਂ ਤਾਂ ਨਹੀਂ ਆਉਣਗੇ ਸੋ ਆਲਵੇਜ਼ ਪੂਰੀ ਚੀਜ਼ ਨੂੰ ਪ੍ਰਮੋਟ ਕਰੋ ਠੀਕ ਹੈ ਰਿਸਕੀ ਚੀਜ਼ ਨੂੰ ਕਦੇ ਪ੍ਰਮੋਟ ਨਾ ਕਰੋ ਜੇ ਤੁਹਾਨੂੰ ਇਹ ਹੈ ਵੀ ਸਾਡੇ ਕੋਲ ਹੈਗੇ ਸਰ 4 ਪੈਸੇ ਅਸੀਂ ਇੱਕ ਵਾਰੀ ਪੇਪਰ ਦੇ ਦਾਂਗੇ ਦੂਜੀ ਫੇਰ ਦੇ ਦਾਂਗੇ ਤੀਜੀ ਫੇਰ ਭਰੋ ਠੀਕ ਹੈ ਕੋਈ ਗੱਲ ਨਹੀਂ ਪਰ ਮੈਂ ਉਹਨਾਂ ਬੱਚੇ ਨੂੰ ਕਹਿ ਰਿਹਾ ਬਈ ਚੰਨਾ ਕੋਲ ਲਾਸਟ ਚਾਂਸ ਆ ਟਾਈਮ ਥੋੜਾ ਵਾ ਉਹਨਾਂ ਨੇ ਪੇਛੇ ਦੀ ਪੇਪਰ ਦੇਣਾ ਜਿੰਨਾ ਬੱਚੇ ਕੋਲ ਪੈਸੇ ਵੀ ਉਨੇ ਕੁ ਲਿਮਟਿਡ ਜੇ ਹੁੰਦੇ ਆ ਬਈ ਅਖੀਰਲਾ ਪੇਪਰ ਹੀ ਦੇਣਾ ਜਿਆਦਾ ਤੋਂ ਪੈਸੇ ਨਹੀਂ ਹੈਗੇ ਭਰਨ ਵਾਸਤੇ ਉਹ ਬੱਚੇ ਇੰਨਾਂ ਚੀਜ਼ਾਂ ਨੂੰ ਫੋਲੋ ਕਰ ਲੈਣ ਬਾਕੀ ਕੋਈ ਵੀ ਡਾਊਟ ਆ ਕੋਈ ਵੀ ਕਨਫਿਊਜ਼ਨ ਆ ਕੋਈ ਵੀ ਚੀਜ਼ ਜੇ ਤੁਸੀ ਪਸਲ ਹੋਣੇ ਪਏ ਹੋ ਤਾਂ ਮੇਰਾ ਨੀਚੇ ਵਟਸਐਪ ਦਾ ਨੰਬਰ ਮੈਂਸ਼ਨ ਕੀਤਾ ਹੋਇਆ ਵਾ ਮੈਂ ਬੋਲ ਵੀ ਦਿੰਦਾ ਹਾਂ 6284307622 ਇਸ ਨੰਬਰ ਤੇ ਮੈਨੂੰ ਤੁਸੀਂ ਕਾਲ ਲਾਓ ਵਟਸਐਪ ਤੇ ਨਾਲ ਆਓ ਡਾਇਰੈਕਟ ਕਾਲ ਲਾ ਲਿਓ ਤੋ ਜੇ ਮੈਨੂੰ ਕਿਸੇ ਬੱਚੇ ਨਾਲ ਗੱਲਬਾਤ ਕਰਨੀ ਹੋਵੇ ਮੈਨੂੰ WhatsApp ਤੇ ਮੈਸੇਜ ਡਰੌਪ ਕਰ ਸਕਦੇ ਹੋ ਹੈਲੋ ਲਿਖ ਕੇ ਜਾਂ ਕੋਈ ਵੀ ਚੀਜ਼ ਤੇ ਜਿੰਨੀਆਂ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਵੀ ਚੀਜ਼ ਦੇ ਰਿਗਾਰਡਿੰਗ ਪ੍ਰੋਪਰਲੀ ਆਪਾਂ ਉੱਥੇ ਗੱਲਬਾਤ ਕਰਦੇ ਆਂ 올 ਡਾਊਟਸ 올 ਕਨਫਿਊਜ਼ਨ ਤੁਹਾਡੀਆਂ ਉੱਥੇ ਕਲੀਅਰ ਕਰਦੇ ਆਂ ਤੇ ਜਿੰਨੇ ਬੱਚੇ ਬੇਫਿਕਰ ਹੋ ਜਾ ਜਿਨ੍ਹਾਂ ਦੇ ਸਕੋਰ ਨਹੀਂ ਆਉਂਦੇ ਪਏ ਕਿ 2-2 3-3 ਬੰਥ ਪੀਟੀ ਤੇ ਲਾਤੇ ਆ ਜਾਂ 3-3 4-4 ਅਟੈਂਪਟ ਪਰਫਾਰਮ ਕਰਦੇ ਆ ਤੁਸੀਂ نیچے ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਨੰਬਰ WhatsApp ਦਾ ਹੈਗਾ ਉੱਥੇ ਮੈਸੇਜ ਕਰੋ ਤੇ ਆਪਾਂ ਕੋਈ ਨਹੀਂ ਗੱਲਬਾ ਕਮੇ ਲੱਗੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਨੈਕਸਟ ਕਿਹੜਾ ਟਾਪਿਕ ਤੇ ਵੀਡੀਓ ਹੋਣੀ ਚਾਹੀਦੀ ਹੁੰਦੀ ਹੈ ਮੈਨੂੰ ਵੀ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਕਿ ਕਿਹੜੇ ਟਾਪਿਕ ਤੇ ਵੀਡੀਓ ਤੁਹਾਨੂੰ ਜ਼ਿਆਦਾ ਚਾਹੀਦੀ ਆ ਸੋ ਇੱਕ ਟਾਪਿਕ ਲਿਖ ਦਿਆ ਕਰੋ ਜਿਵੇਂ ਕਿਸੇ ਬੱਚੇ ਨੇ ਰੀਡ ਆਊਟ ਲਿਖਤਾ ਕਿਸੇ ਨੇ ਰਿਪੀਟ ਸੈਂਟੈਂਸ ਕਿਸੇ ਨੇ ਮਤਲਬ ਆਪਣੀ ਆਪਣੀ ਚੁਆਇਸ ਲਿਖ ਦਿਆ ਕਰੋ ਜਿੱਤ ਤੇ ਸਭ ਤੋਂ ਜ਼ਿਆਦਾ ਲਾਈਕ ਹੋਣਗੇ ਠੀਕ ਹੈ ਉਹ ਨੈਕਸਟ ਟਾਪਿਕ ਆਪਣਾ ਹੋਊਗਾ ਤੇ ਆਪਾਂ ਉੱਤੇ ਵੀਡੀਓ ਲੈ ਕੇ ਆਵਾਂਗੇ ਸੋ ਲਾਈਕ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਜਿੰਨੇ ਬੱਚਣ ਲਾਈਕ ਨਹੀਂ ਕੀਤਾ ਲਾਈਕ ਵਾਲੇ ਬਟਨ ਨੂੰ ਪ੍ਰੈਸ ਕਰ ਦਿਓ ਸਬਸਕ੍ਰਾਈਬ ਕਰ ਲਓ ਗੁਰਵਿੰਦਰ ਪੀਟੀ ਦਾ ਚੈਨਲ ਜਲਦੀ ਜਲਦੀ ਜਿੰਨੇ ਬੱਚੇ ਘਰੇ ਬੈਠ ਕੇ ਕਲਾਸਸ ਲੈਣਾ ਚਾਹੁੰਦੇ ਆ ਤਾਂ ਦਬਕੋ ਦੋ ਸਮਿੱਤਰਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਕੱਲ ਦੀ ਵੀਡੀਓ ਦੇ ਵਿੱਚ ਵੀਡੀਓ ਹੋਗੀ ਪੂਰੇ 3 ਪੀਐਮ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ